ਕੀ ਪੰਜਾਬ ਰਾਸ਼ਪਤੀ ਸ਼ਾਸਨ ਵਾਲੇ ਪਾਸੇ ਅੱਗੇ ਵੱਧ ਰਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਰਾਸ਼ਪਤੀ ਸ਼ਾਸਨ ਲੱਗ ਜਾਏਗਾ ਇਸ ਵਾਰ ਇਸ ਕਰਕੇ ਉਤਰੇ ਨਹੀਂ ਕਿਉਂਕਿ ਜਦੋਂ ਸ਼ੀਤਲ ਅੰਗਰਾਲ ਸੁਸ਼ੀਲ ਰਿੰਕੂ ਬੀਜੇਪੀ ਚਲੇਗੇ ਦਿੱਲੀ ਦੇ ਇੱਕ ਵਜ਼ੀਰ ਜਿਹੜੇ ਨੇ ਉਹ ਬੀਜੇਪੀ ਚਲੇਗੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਇਲਜ਼ਾਮ ਲਗਾ ਰਹੀ ਹੈ ਕਿ ਭਾਜਪਾ ਦੇ ਵੱਲੋਂ ਪੰਜਾਬ 'ਚ ਰਾਸ਼ਪਤੀ ਸ਼ਾਸਨ ਲਗਾਨ ਦੀ ਤਿਆਰੀ ਜਿਹੜੀ ਉਹ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਗੱਲਬਾਤ ਕਰ ਲੰਨੇ ਆ ਕਿਉਂ ਤੁਹਾਨੂੰ ਅਝੀ ਹਾਰ ਨਜ਼ਰ ਆ ਰਿਹਾ ਹੈ ਕਿ ਪੰਜਾਬ ਰਾਸ਼ਟਰਪਤੀ ਸ਼ਾਸਨ ਵਾਲੇ ਪਾਸੇ ਅੱਗੇ ਵੱਧ ਰਿਹਾ ਹੈ ਪੰਜਾਬ ਚ ਤਾਂ ਆਮ ਆਦਮੀ ਪਾਰਟੀ ਕੋ 92 ਸੀਟਾਂ ਨੇ ਬਹੁਮਤ ਤਾਂ ਬਹੁਤ ਉੱਪਰ ਹੈ ਫਿਰ ਕਿਉਂ ਤੁਹਾਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਸ਼ਾਸਨ ਜਿਹੜਾ ਉਹ ਲਾਗੂ ਪੰਜਾਬ ਚ ਹੋ ਜਾਏਗਾ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਰਾਸ਼ਟਰਪਤੀ ਰਾਜ ਭਾਜਪਾ ਲਗਾਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਚਾਹੇ ਉਹ ਦਿੱਲੀ ਆ ਚਾਹੇ ਪੰਜਾਬ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਲੋਕਾਂ ਦੇ ਹਿੱਤ ਦੇ ਲਈ ਕੰਮ ਕਰਨ ਵਾਲੀ ਸਰਕਾਰ ਆ ਪਰ ਭਾਜਪਾ ਦੇ ਮਨਸੂਬੇ ਆਮ ਆਦਮੀ ਪਾਰਟੀ ਦੇ ਸਾਡੇ ਵਰਕਰ ਸਾਡੇ ਲੀਡਰ ਆਮ ਲੋਕ ਪੰਜਾਬੀ ਦਿੱਲੀ ਦੇ ਵਾਸੀ ਪੂਰੇ ਦੇਸ਼ ਵਾਸੀ ਕਾਮਯਾਬ ਨਹੀਂ ਹੋਣ ਦੇਣਗੇ ਭਾਜਪਾ ਦੀ ਤਮੰਨਾ ਤੇ ਇੱਛਾਵਾਂ ਤੇ ਸਾਜ਼ਿਸ਼ਾਂ ਜਰੂਰ ਹਨ ਕਿ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਏ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਪਹਿਲਾਂ ਇਹਨਾਂ ਨੇ ਪੂਰਾ ਜ਼ੋਰ ਲਾਇਆ ਅ ਉਹਨੇ ਕਿਸਾਨ ਧਰਨੇ ਤੇ ਬੈਠੇ ਸੀ ਤੇ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਜਿਹੜੇ ਖੁਦ ਕਾਂਗਰਸ ਛੱਡ ਕੇ ਬੀਜੇਪੀ ਚ ਗਏ ਸੀ ਪ੍ਰਧਾਨ ਬਣੇ ਕੀ ਉਹ ਆਪਰੇਸ਼ਨ ਹੋਇਆ ਪਿੱਛੇ ਉਹਨਾਂ ਨੂੰ ਪਤਾ ਹੋਏਗਾ ਜਾਂ ਭਾਜਪਾ ਨੂੰ ਪਤਾ ਹੋਏਗਾ ਜਿੱਦਾਂ ਹੀ ਕਿਸਾਨ ਆਪਣੀ ਮੰਗਾਂ ਦੇ ਲਈ ਧਰਨੇ ਤੇ ਬੈਠੇ ਤੇ ਉਹ ਕੀ ਕਹਿ ਰਹੇ ਸੀ ਪੰਜਾਬ ਚ ਰਾਸ਼ਟ੍ਰਪਤੀ ਐਲ ਲਾਗੂ ਕਰ ਦਿਓ ਤੁਹਾਡੇ ਇਹ ਵੀ ਯਾਦ ਹੋਏਗਾ ਕਿ 25 ਅਗਸਤ 2023 ਨੂੰ ਗਵਰਨਰ ਸਾਹਿਬ ਨੇ ਖੁੱਲੇ ਆਮ ਲੈਟਰ ਲਿਖ ਕੇ ਧਮਕੀ ਦਿੱਤੀ ਸੀ ਚਿੱਠੀ ਦੇ ਵਿੱਚ ਕਿ ਰਾਸ਼ਟਰਪਤੀ ਰਾਜ ਲਾਗੂ ਕਰਾ ਦਾਂਗੇ ਯਾਦ ਹੋਏਗਾ ਤੁਹਾਡੇ ਜਦੋਂ ਲੇਕਿਨ ਤੁਹਾਨੂੰ ਆਪਣੇ 92 ਵਿਧਾਇਕਾਂ ਤੇ ਭਰੋਸਾ ਨਹੀਂ ਹੈ 92 ਨਹੀਂ ਹੁਣ ਤਾਂ ਜਿਹੜੇ ਅੰਗਰਾਲ ਸਾਹਿਬ ਚਲੇ ਗਏ 91 ਬਚੇ ਨੇ 91 ਵਿਧਾਇਕਾਂ ਤੇ ਭਰੋਸਾ ਨਹੀਂ ਹੈ ਤੁਹਾਨੂੰ ਲੱਗਦਾ ਇੰਨੇ ਕਮਜ਼ੋਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਿ ਭਾਜਪਾ ਚਾਹੇਗੀ ਖਰੀਦੇਗੀ ਔਰ ਆਫਰ ਦੇਗੀ ਉਸ ਪਾਸੇ ਚਲੇ ਜਾਣਗੇ ਔਰ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲੱਗ ਜਾਏਗਾ ਸਾਨੂੰ ਸਾਡੇ ਵਿਧਾਇਕਾਂ ਤੇ ਵੀ ਭਰੋਸਾ ਹੈ ਕਿ ਇੱਕ ਵਰਕਰ ਤੇ ਭਰੋਸਾ ਹੈ ਕਿ ਇੱਕ ਪੰਜਾਬੀ ਦੇ ਭਰੋਸਾ ਹੈ ਆਪਾਂ ਕੱਲੇ ਆਵਾਜ਼ ਨਹੀਂ ਪਾਰਟੀ ਦੇ ਵਿਧਾਇਕਾਂ ਦੀ ਗੱਲ ਨਾ ਕਰੀਏ ਸਾਨੂੰ ਤਾਂ ਪੂਰੇ ਪੰਜਾਬ ਤੇ ਭਰੋਸਾ ਹੈ ਕਿਉਂਕਿ ਪੰਜਾਬ ਕਦੇ ਵੀ ਤਾਨਾਸ਼ਾਹੀ ਬਰਦਾਸ਼ਤ ਨਹੀਂ ਕਰਦਾ ਪਹਿਲੀ ਚੀਜ਼ ਦੂਸਰੀ ਚੀਜ਼ ਸਾਡਾ ਫਰਜ਼ ਵੀ ਹੈ ਕਿ ਲੋਕ ਕਚਹਿਰੀ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰੀਏ ਕਿ ਭਾਜਪਾ ਕਿੱਦਾਂ ਦੀਆਂ ਚਾਲਾਂ ਚੱਲ ਰਹੀ ਹੈ ਲੇਕਿਨ ਅਜੀਹੀ ਕਿਹੜੀ ਚਾਲ ਚੱਲੀ ਉਹਨਾਂ ਦੇ ਵੱਲੋਂ ਕਿ ਤੁਹਾਨੂੰ ਇਲੈਕਸ਼ਨ ਦੇ ਬਿਲਕੁਲ ਨੇੜੇ ਆ ਕੇ ਲੱਗਾ ਕਿ ਹੁਣ ਪੰਜਾਬ 'ਚ ਰਾਸ਼ਪਤੀ ਸ਼ਾਸਨ ਲੱਗ ਜਾਣਾ ਹੈ ਸਾਹਸਾ ਹੋ ਰਹੀ ਹੈ ਦਿੱਲੀ ਦਿੱਲੀ ਦੀ ਗੱਲ ਚੱਲੀ ਸੀਗੀ ਆ ਜਿਹੜੀ ਪੀਸੀ ਵੀ ਹੋਈ ਸੀ ਦਿੱਲੀ ਬਾਰੇ ਗੱਲ ਚੱਲ ਰਹੀ ਸੀ ਕਿਉਂਕਿ ਦਿੱਲੀ ਦੇ ਵਿੱਚ ਆਸੀ ਜੀ ਨੇ ਬੜੀ ਤਫਸੀਲ ਦੇ ਵਿੱਚ ਸਾਰੀ ਗੱਲ ਦੱਸੀ ਦਿੱਲੀ ਦੇ ਵਿੱਚ ਪਹਿਲਾਂ ਤਾਂ ਕੇਜਰੀਵਾਲ ਜੀ ਨੂੰ ਇੱਕ ਝੂਠੇ ਕੇਸ ਦੇ ਵਿੱਚ ਫਰੇਮ ਕੀਤਾ ਗਿਆ ਉਸ ਤੋਂ ਪਹਿਲਾਂ ਐਲਜੀ ਸਾਹਿਬ ਦੇ ਰਾਹੀਂ ਤੁਸੀਂ ਦੇਖਿਆ ਹੋਣਾ ਕੇਜਰੀਵਾਲ ਜੀ ਨੂੰ ਇੱਕ ਵਾਰੀ ਐਲਜੀ ਸਾਹਿਬ ਦੇ ਜਿਹੜਾ ਉਹਨਾਂ ਦਾ ਹਾਊਸ ਹੈ ਜਿੱਥੇ ਉਹ ਰਹਿੰਦੇ ਆ ਉਥੇ ਧਰਨਾ ਤੱਕ ਲਾਣਾ ਪੈ ਗਿਆ ਸੀਗਾ ਪੰਜਾਬ ਦੇ ਵਿੱਚ ਵੀ ਸਾਨੂੰ ਆਪਣਾ ਬਜਟ ਸੈਸ਼ਨ ਦੇ ਲਈ ਸਾਨੂੰ ਕੋਰਟ ਜਾਣਾ ਪੈਂਦਾ ਪੰਜਾਬ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਤੁਸੀਂ ਕੀ ਦੇਖਿਆ ਸਾਡੀ ਰਾਜਤਾਨੀ ਸੀ ਕਿੱਦਾਂ ਕਤਲ ਕੀਤਾ ਲੋਕਤੰਤਰ ਦਾ ਸੁਪਰੀਮ ਕੋਰਟ ਨੂੰ ਖੁਦ ਕਹਿਣਾ ਪਿਆ ਲੋਕਤੰਤਰ ਦਾ ਕਤਲ ਕੀਤਾ ਹਰ ਕੰਮ ਦੇ ਵਿੱਚ ਰੋੜੇ ਲੇਕਿਨ ਹੁਣ ਅਜਿਹੀ ਕਿਹੜੀ ਚਾਲ ਚੱਲਣ ਜਾਣੀ ਹੈ ਯਾ ਜੀ ਅਜੀਹਾ ਕੀ ਨਜ਼ਰ ਆਂਦਾ ਤੁਹਾਨੂੰ ਦਿੱਲੀ ਦੇ ਵਿੱਚ ਭਾਜਪਾ ਪੰਜਾਬ ਚੋਂ ਆਪਰੇਸ਼ਨ ਲੋਟਸ ਚਲਾ ਰਹੀ ਹੈ ਦਿੱਲੀ ਦੇ ਵਿੱਚ ਵੀ ਚਲਾ ਰਹੀ ਹੈ ਸਾਮ ਦਾਮ ਦੰਡ ਭੇਦ ਹਰ ਚੀਜ਼ ਕੀਤਾ ਜਾ ਰਿਹਾ ਹੈ ਵਿਧਾਇਕਾਂ ਨੂੰ ਡਰਾਇਆ ਜਾ ਰਿਹਾ ਹੈ ਧਮਕਾਇਆ ਜਾ ਰਿਹਾ ਹੈ ਖਰੀਦਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਆ ਜਤੀ ਸੀ ਜੀ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਇਸ ਤੋਂ ਇਲਾਵਾ ਵੀ ਦਿੱਲੀ ਦੇ ਵਿੱਚ ਅਹਿਮ ਚੀਜ਼ ਦੇਖੋ ਪ੍ਰਸ਼ਾਸਨ ਚੱਲਣਾ ਹੁੰਦਾ ਆਫੀਸਰਜ਼ ਉਹਦੀ ਰੀਡ ਦੀ ਹੱਡੀ ਹੁੰਦੇ ਆ ਮਨਿਸਟਰਜ਼ ਮੀਟਿੰਗਸ ਕਾਲ ਕਰਦੇ ਆ ਆਫੀਸਰਸ ਤੇ ਇਹ ਹਜਾ ਕੀ ਦਬੋ ਹੈ ਜਾਂ ਮਿਲੀ ਭੁਗਤ ਹੈ ਕਿ ਉਹ ਕੋਡ ਆਫ ਕੰਡਕਟ ਦਾ ਬਹਾਨਾ ਕਰਕੇ ਉਹਨਾਂ ਮੀਟਿੰਗਸ ਦੇ ਵਿੱਚ ਨਹੀਂ ਆਉਂਦੇ ਪਹਿਲੀ ਚੀਜ਼ ਦੂਜੀ ਚੀਜ਼ ਕਿ ਜਿਹੜੀ ਪੋਸਟ ਖਾਲੀ ਪਈਆਂ ਵਿਭਾਗਾਂ ਦੇ ਵਿੱਚ ਆਫੀਸਰਸ ਦੀ ਜ਼ਰੂਰਤ ਹੈ ਉਹਨਾਂ ਨੂੰ ਭਰਿਆ ਨਹੀਂ ਜਾ ਰਿਹਾ ਉਹਨਾਂ ਨੂੰ ਖਾਲੀ ਛੱਡਿਆ ਜਾ ਰਿਹਾ ਸੋ ਥੈਟ ਕਿ ਉੱਥੇ ਕੰਮ ਨਾ ਸਚਾਰੂ ਹੋ ਸਕੇ ਪੰਜਾਬ ਦੀ ਗੱਲ ਕੀਤੀ ਜਾਵੇ ਆਪਰੇਸ਼ਨ ਲੋਟਸ ਦਾ ਜ਼ਿਕਰ ਕੀਤਾ ਸੀ ਅੰਗਰਾਲ ਹੋਰਾਂ ਨੇ ਮੈਨੂੰ ਲੱਗਦਾ ਪਹਿਲਾ ਸ਼ਿਕਾਰੀ ਅੰਗਰਾਲ ਹੋਰੀ ਹੋਗੇ ਜਦੋਂ ਬੀਜੇਪੀ ਚਲੇਗੇ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਮੈਂ ਉਹੀ ਤਾਂ ਸੋਚਣ ਵਾਲੀ ਗੱਲ ਹੈ ਕਿ ਅੰਗਰਾਲ ਸਾਹਿਬ ਤੁਸੀਂ ਖੁਦ ਕਿਹਾ ਸੀ ਕਿ ਤੁਹਾਨੂੰ ਦਬਾਉਣ ਦੀਆਂ ਖਰੀਦਣ ਦੀਆਂ ਕੋਸ਼ਿਸ਼ਾਂ ਬੀਜੇਪੀ ਵੱਲੋਂ ਕੀਤੀਆਂ ਜਾ ਰਹੀਆਂ ਇਹ ਅੰਗਰਾਲ ਸਾਹਿਬ ਦੀ ਚੱਲੀ ਸੀ ਸਾਰੇ ਤੁਹਾਡੇ ਚੈਨਲ ਤੇ ਵੀ ਚੱਲੀ ਸੀ 7-8 ਮਹੀਨੇ ਤੁਸੀਂ ਇਸ ਗੱਲ ਨੂੰ ਦੁਹਰਾਉਂਦੇ ਰਹੇ ਬੀਜੇਪੀ ਦੇ ਤੁਸੀਂ ਜਾਣੇ ਹੋ ਤੇ ਜਾਂਦੇ ਹੀ ਅਗਲੇ ਦਿਨ ਤੁਸੀਂ ਇੱਕ ਸਕ੍ਰਿਪਟਡ ਬਿਆਨ ਪੜ੍ਹਦੇ ਹੋ ਕਿ ਜੀ ਉਹ ਤਾਂ ਮੇਰਾ ਬਿਆਨ ਜੀ ਕਹਾਇਆ ਗਿਆ ਸੀ ਮੇਰੇ ਤੋਂ ਦਬਾਅ ਦੇ ਕੇ ਜਾਂ ਡਰਾ ਕੇ ਕਹਾਇਆ ਗਿਆ ਸੀ ਤੇ ਜਿਹੜਾ ਵਿੱਚ ਦਾ 8 ਮਹੀਨੇ ਦਾ ਲੰਬਾ ਸਮਾਂ ਤੁਹਾਡਾ ਜਮੀਰ ਸੁੱਤਾ ਪਿਆ ਸੀ ਤੁਹਾਡੀ ਆਤਮਾ ਸੁੱਤੀ ਪਈ ਸੀ ਉਦੋਂ ਤੁਹਾਨੂੰ ਕੋਈ ਆਤਮ ਚਿੰਤਨ ਨਹੀਂ ਹੋਇਆ ਉਦੋਂ ਤੁਹਾਡੇ ਜ਼ਮੀਰ ਨੇ ਆਵਾਜ਼ ਨਹੀਂ ਚੁੱਕੀ ਕਿੰਨੇ ਬੀਜੇਪੀ ਕਿੰਨੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨਾਲ ਬੀਜੇਪੀ ਸੰਪਰਕ ਸਾਂਦਰੀ ਹੈ ਜਾਂ ਆਪਰੇਸ਼ਨ ਲੋਟਸ ਚਲਾ ਰਹੀ ਹੈ 15 20 25 ਜਾਂ ਕਿਹੜੀ ਕਿਹੜੀ ਸ਼ਹਿਰਾਂ ਦੇ ਵਿੱਚ ਕਿਹੜੇ ਕਿਹੜੇ ਵਿਧਾਇਕਾਂ ਦੇ ਨਾਲ ਉਹਨਾਂ ਨੇ ਜਿਹੜਾ ਵਾ ਸੰਪਰਕ ਸਾਂਦਿਆ ਜਾਂ ਫਿਰ ਇਹ ਕਹਿਆ ਕਿ ਬੀਜੇਪੀ ਦੇ ਵਿੱਚ ਆ ਜਾਓ ਅ ਪਿਛਲੇ ਕੁਝ ਦੌਰਾਂ ਦੇ ਵਿੱਚ ਕੁਝ ਵਿਧਾਇਕਾਂ ਨੇ ਸਾਹਮਣੇ ਆ ਕੇ ਤੁਹਾਡੇ ਚੈਨਲਸ ਤੇ ਦੱਸਿਆ ਕਿ ਉਹਨਾਂ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਹੋਈ ਹੈ। ਕਿਹੜੇ-ਕਿਹੜੇ ਵਿਧਾਇਕ ਇੱਥੋਂ ਤੱਕ ਕਿ ਤੁਹਾਡੇ ਕੋਲੇ ਲਿਸਟ ਹੈ ਤੁਹਾਡੇ ਉਹਨੇ ਨੰਬਰ ਤੱਕ ਵੀ ਦੱਸਦੇ ਸੀਗੇ। ਉਹਦੀ ਡਿਟੇਲ ਤੁਹਾਨੂੰ ਦੇ ਦਾਂਗੇ ਸਾਰੀ ਕਿਉਂਕਿ ਉਹਨਾਂ ਨੇ ਚੈਨਲਸ ਤੇ ਆ ਕੇ ਵੀ ਚਾਹੇ ਉਹ ਕੰਬੋਤ ਸਾਹਿਬ ਸੀਗੇ ਕੋਲੀ ਜੀ ਤੇ ਹੋਰਾਂ ਦੇ ਵੀ ਟੋਟਲ ਕਿੰਨੇ ਵਿਧਾਇਕ ਨੇ ਜਿਨ੍ਹਾਂ ਨਾਲ ਹੁਣ ਤੱਕ ਭਾਜਪਾ ਨੇ ਸੰਪਰਕ ਸੱਦਿਆ ਜਾਂ ਆਪਰੇਸ਼ਨ ਲੋਟਸ ਦਾ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਉਹ ਹੋਇਆ। ਦੇਖੋ ਹਾਲੇ ਤੱਕ ਦਾ ਭਾਜਪਾ ਮੈਂ ਇਹ ਕਹੂੰਗਾ ਵੀ ਇੱਕ ਨੂੰ ਹੀ ਲਜਾਨ ਚ ਕਾਮਯਾਬ ਹੋਈ ਹੈ। ਜੀ ਜੀ ਜਮੀਰ ਬੀਜੇਪੀ ਚ ਜਾਣ ਤੋਂ ਅਗਲੇ ਦਿਨ ਜਾਗੀ ਹੈ ਜੋ ਉਹਦੇ ਨਾਲ ਹੁਣ ਕਈ ਵਿਧਾਇਕਾਂ ਨੇ ਦੱਸਿਆ ਹੋਣਾ ਕਿ ਸਾਨੂੰ ਸੰਪਰਕ ਸਾਧਰੇ ਨੇ ਅਸੀਂ ਮਨਾ ਕਰ ਰਹੇ ਹਾਂ ਕਿੰਨੇ ਕੁ ਵਿਧਾਇਕ ਨੇ ਜੀ ਇਹ ਤੁਹਾਨੂੰ ਹਲੇ ਡਿਟੇਲ ਅਸੀਂ ਨਹੀਂ ਦੇ ਸਕਦੇ ਕਿਉਂਕਿ 10 ਤੋਂ ਜ਼ਿਆਦਾ ਨੇ 20 ਤੋਂ ਜ਼ਿਆਦਾ ਨੇ ਬੀਜੇਪੀ ਕੋਸ਼ਿਸ਼ ਤਾਂ ਹਰ ਪਾਸੇ ਕਰ ਰਹੀ ਹੈ ਸਾਮ ਨਾਮ ਦੰਡਵੇਦ ਉਹ ਤਾਂ ਹਰ ਪਾਸੇ ਨੂੰ ਕੋਸ਼ਿਸ਼ ਕਰ ਰਹੀ ਹੈ ਪਰ ਉਹਨਾਂ ਦੇ ਜਿਹੜੇ ਇਹ ਕੋਸ਼ਿਸ਼ਾਂ ਇਹਨਾਂ ਨੂੰ ਸਾਡਾ ਪੰਜਾਬੀ ਖੂਨ ਬੂਰ ਨਹੀਂ ਪੈਣ ਦੇ ਇੱਕ ਵਿਰੋਧੀ ਤੁਹਾਡੇ ਇਹ ਕਹਿੰਦੇ ਕਹਿੰਦੇ ਕਿ ਜਿਹੜਾ ਆਪਰੇਸ਼ਨ ਲੋਟਸ ਦਾ ਤੁਸੀਂ ਡੀਜੀਪੀ ਨੂੰ ਸ਼ਿਕਾਇਤ ਕੀਤੀ ਸੀ ਉਹਦਾ ਐਫਆਈਆਰ ਦਾ ਜ਼ਿਕਰ ਕੀਤਾ ਸੀ ਉਹ ਕਿੱਥੇ ਪਹੁੰਚਿਆ ਮਸਲਾ ਕਾਰਵਾਈ ਕੋਈ ਹੋਈ ਨਹੀਂ ਉਹ ਸਿਰਫ ਠੰਡੇ ਬਸਤੇ ਵਿੱਚ ਡੀਜੀਪੀ ਨੇ ਪਾਤਾ ਡੀਜੀਪੀ ਤਾਂ ਪੰਜਾਬ ਦੇ ਸਰਕਾਰ ਦੇ ਕੰਟਰੋਲ ਚ ਹੁੰਦੇ ਉਹਦੇ ਲਈ ਬਿਲਕੁਲ ਐਫਆਈਆਰ ਵੀ ਹੋਈ ਸੀ ਤੁਹਾਡੇ ਯਾਦ ਹੋਵੇਗਾ ਚੀਮਾ ਜੀ ਵੀ ਗਏ ਸੀ ਅੰਗਰ왈 ਸਾਹਿਬ ਨੇ ਵੀ ਬਹੁਤ ਜਿਹੜੇ ਅੱਜ ਬੀਜੇਪੀ ਦੇ ਮਖੋਟਾ ਬਣੇ ਆ ਉਹ ਵੀ ਬਹੁਤ ਸ਼ੋਰ ਮਚਾ ਰਹੇ ਸੀ ਔਰ ਉਹਦੇ ਉੱਤੇ ਇਨਵੈਸਟੀਗੇਸ਼ਨ ਵੀ ਸ਼ੁਰੂ ਹੋਈ ਸੀ ਲੇਕਿਨ ਜਿਹੜੀ ਜ਼ਿਆਦਾਤਰ ਕਾਲਸ ਆਈਆਂ ਸੀਗੀਆਂ ਉਹ ਬਾਹਰਲੇ ਨੰਬਰਾਂ ਤੋਂ ਜਿਹੜਾ ਆ ਰਹੀਆਂ ਸੀਗੀਆਂ ਇਹਦੇ ਬਾਰੇ ਤਾਂ ਬਿੱਤਰ ਤੁਹਾਨੂੰ ਪੁਲਿਸ ਦੇ ਜਿਹੜੇ ਹੈ ਬੁਲਾਰੇ ਹੀ ਦੱਸ ਸਕਦੇ ਆ ਕਿ ਉਹ ਕਿੱਥੋਂ ਤੱਕ ਇਨਵੈਸਟੀਗੇਸ਼ਨ ਪਹੁੰਚੀ ਆ ਪਰ ਮੈਨੂੰ ਜ਼ਰੂਰ ਆਸ ਹੈ ਕਿ ਬੜੀ ਜਲਦੀ ਸਾਰਾ ਸੱਚ ਸਾਹਮਣੇ ਆ ਜਾਏਗਾ ਇਹ ਰਾਸ਼ਪਤ ਦੇ ਸ਼ਾਸਨ ਲੋਕ ਸਭਾ ਤੋਂ ਪਹਿਲਾਂ ਲੱਗ ਸਕਦਾ ਹੈ ਜਾਂ ਲੋਕ ਸਭਾ ਤੋਂ ਬਾਅਦ ਲੱਗ ਸਕਦਾ ਹੈ ਦੇਖੋ ਸਾਨੂੰ ਆਪਣੀ ਨਿਆਂ ਵਿਵਸਥਾ ਤੇ ਵੀ ਭਰੋਸਾ ਹੈ ਲੋਕਾਂ ਦੇ ਵੀ ਭਰੋਸਾ ਹੈ ਬੀਜੇਪੀ ਸਾਜ਼ਿਸ਼ਾਂ ਰਚ ਰਹੀ ਹੈ ਕਾਮਯਾਬ ਨਹੀਂ ਹੋ ਪਾਏਗੀ ਹਾਂ ਇੰਨਾ ਸੀ ਲੋਕਾਂ ਨੂੰ ਜਰੂਰ ਸਾਡੀ ਡਿਊਟੀ ਹੈ ਜਾਗਰੂਕ ਕਰਨਾ ਕਿ ਉਹ ਸਰਕਾਰਾਂ ਚੁਨੀਆਂ ਹੋਈਆਂ ਤੋੜਨ ਦੀ ਔਰ ਰਾਸ਼ਟਰਪਤੀ ਲਾਜ ਲਾਗੂ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਔਰ ਪਹਿਲਾਂ ਵੀ ਤੁਸੀਂ ਦੇਖਿਆ ਹੋ ਨਾ ਖੇਲਾ ਸ਼ਬਦ ਅਮਿਤ ਸ਼ਾ ਜੀ ਨੇ ਯੂਜ਼ ਕੀਤਾ ਸੀ ਮਹਾਰਾਸ਼ਟਰ ਦੀ ਮੱਧ ਪ੍ਰਦੇਸ਼ ਦੀਆਂ ਜਦੋਂ ਸਰਕਾਰਾਂ ਤੋੜੀਆਂ ਚੁਨੀਆਂ ਹੋਈਆਂ ਲੋਕਾਂ ਨੇ ਤਾਂ ਬੀਜੇਪੀ ਨੂੰ ਨਕਾਰਤਾ ਸੀ ਤਾਂ ਕਹਿੰਦੇ ਸੀ ਖੇਲਾ ਹੋ ਗਿਆ ਕਿਤੇ ਖੇਲਾ ਯੂਜ਼ ਕਰ ਲੈਣੇ ਆ ਕਿਤੇ ਆਪਰੇਸ਼ਨ ਲੋਟਸ ਯੂਜ਼ ਵਰਡ ਇਹਨਾਂ ਦਾ ਕੋਡ ਵੀ ਨੇਮ ਹੁੰਦਾ ਪਰੰਤੂ ਪੰਜਾਬੀ ਸਾਨੂੰ ਆਸ ਹੈ ਕਿਉਂਕਿ ਪੰਜਾਬੀ ਕਦੇ ਤਾਨਾਸ਼ਾਹੀ برداشت ਨਹੀਂ ਕਰਦਾ ਬੜੇ ਮਿਹਨਤਾਂ ਔਰ ਕੁਰਬਾਨੀਆਂ ਤੋਂ ਬਾਅਦ ਸਾਨੂੰ ਆਜ਼ਾਦੀ ਔਰ ਲੋਕਤੰਤਰ ਮਿਲਿਆ ਠੀਕ ਹੈ ਧੰਨਵਾਦ ਤਾਂ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ ਰਾਸ਼ਪਤੀ ਸ਼ਾਸਨ ਲਗਾਉਣ ਦੀਆਂ ਚਲਾਕੀਆਂ ਜਾਂ ਫਿਰ ਪਲੈਨਿੰਗ ਜਿਹੜੀ ਹੈ ਛੜੰਤਰ ਜਿਹੜੇ ਨੇ ਰਚੇ ਜਾ ਰਹੇ ਨੇ ਇਸ ਤਰੀਕੇ ਦੇ ਇਲਜ਼ਾਮ ਭਾਜਪਾ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਜਾ ਰਹੇ ਨੇ ਕੈਮਰਾਮੈਨ ਜਿੰਦਰ ਦੇ ਨਾਲ ਪੰਕੇਪਾਈ ਨਿਊਜ਼ 18 ਚੰਡੀਗੜ੍ਹ